ਵਾਰ ਖਾਲਸਾ ਵਾਰੀ ਫਤਿਹ। ਮੈਂ ਹੁਣੇ ਹੁਣੇ ਅਸ਼ਮੀਰ ਸਿੰਘ ਚੌਂਕ ਦੇ ਨੇੜਿਓਂ ਸਟੇਟ ਬੈਂਕ ਦੇ ਏ ਟੀ ਐਮ ਤੋਂ ਪੈਸੇ ਕਢਾਏ ਹਨ ਬੜੀ ਮਜਬੂਰੀ ਵਿੱਚ, ਕਿਉਂਕਿ ਵੋਟਿੰਗ ਮਿੰਦਰਾ ਦਾ ਏ ਟੀ ਐਮ ਚੱਲਿਆ ਨਹੀਂ ਅਤੇ ਬੜੀ ਉਹਨਾਂ ਨੂੰ ਤਰਸ ਤਜਰਬਾ ਹੋ ਚੁੱਕਾ ਹੈ ਕਿ ਅਗਰ ਦੁਨੀਆਂ ਸਭ ਤੋਂ ਘਟੀਆ ਏ ਟੀ ਐਮ ਹੈ ਸਟੇਟ ਬੈਂਕ ਦਾ ਹੈ ਜਿਹੜਾ ਸਿਰਫ 2,000 ਦੇ ਨੋਟ ਕੱਢਦਾ ਹੈ। ਇਹਨਾਂ ਮੂਰਖਾਂ ਨੂੰ ਇੰਨੀ ਅਕਲ ਨਹੀਂ ਕਿ 2,000 ਦਾ ਨੋਟ ਤੋੜਨ ਲਈ ਕੋਈ ਦੁਕਾਨਦਾਰ ਤਿਆਰ ਨਹੀਂ। ਕਿਸੇ ਕੋਲ 50 ਰੁਪਏ ਜਾਂ 100 ਰੁਪਏ ਜੀ ਲੈਣੀ ਹੋਵੇ ਉਹ ਕਿਵੇਂ 2,000 ਨੋਟ ਤੋੜ ਸਕਦਾ ਹੈ? ਸੋ ਇਹ ਮੈਨੂੰ ਸਮਝ ਨਹੀਂ ਆਉਂਦੀ ਸਟੇਟ ਬੈਂਕ ਦੇ ਜਿਹੜੇ ਐਡਮਿਨਿਸਟ੍ਰੇਟਰ ਨੇ ਜਾਂ ਚੇਅਰਮੈਨ ਨੇ ਇਹਨਾਂ ਚੱਕਲ ਦੀ ਕਿੰਨੀ ਘਾਟ ਹੈ ਕਿ ਏ ਟੀ ਐਮ ਨੂੰ ਚੱਜ ਨਾਲ ਨਹੀਂ ਚਲਾ ਸਕਦੇ, ਬੈਂਕ ਹੀ ਚਲਾਉਂਦੇ ਹੋਣਗੇ। ਸੋ ਮੈਂ ਤਾਂ ਸਮਝਦਾ ਇਹਨਾਂ ਦੀ ਸਰਵਿਸ ਪੂਰੀ ਹੋਏਗੀ। ਸਭ ਤੋਂ ਬੈਸਟ ਏ ਟੀ ਐਮ ਹੈ ਐਚ ਡੀ ਐਫ ਸੀ ਦਾ ਜਿਹੜਾ ਕਿ ਗੁਰਦੁਆਰਾ ਮਾਡਲ ਐਕਸਟੈਂਸ਼ਨ ਦੇ ਸਟੱਡੀ ਸਰਕਲ ਦੇ ਬਾਹਰ ਹੈ ਅਤੇ ਚਾਹੇ ਆਲ ਇੰਡੀਆ ਜਿੱਥੇ ਮਰਜ਼ੀ ਚੱਲ ਜਾਓ, ਜੇ ਗਰਮੀਆਂ ਹੋਣ ਤਾਂ ਏ ਸੀ ਵੀ ਚੱਲੇਗਾ ਅਤੇ ਬਹੁਤ ਘੱਟ ਮੈਨੂੰ ਅਤੇ ਨੋਟ ਇਕਦਮ ਬਾਹਰ ਅਤੇ ਨਵੇਂ ਨੋਟ ਅਤੇ ਨਾਲ ਨਿਕਲਣਗੇ 500 ਦੇ ਨੋਟ ਵੀ 100 ਦੇ ਨੋਟ ਵੀ। ਦੂਜੇ ਨੰਬਰ 'ਤੇ ਆ ਜਾਂਦਾ ਹੈ ਕੋਟਕ ਮਹਿੰਦਰਾ ਦਾ ਜੋ ਕਿ ਬੈਸਟ ਏ ਟੀ ਐਮ ਹੈ। ਸੋ ਮੈਂ ਕਹਾਂਗਾ ਕਿ ਕੋਟਕ ਮਹਿੰਦਰਾ 'ਚ ਆਪਣੇ ਅਕਾਊਂਟ ਖੋਲ੍ਹੋ, ਐਸ ਜੀ ਐਸ ਖੋਲ੍ਹੋ, ਸਟੇਟ ਬੈਂਕ 'ਚੋਂ ਬੰਦ ਕਰ ਦਿਓ। ਇਹਨਾਂ ਨਲਾਇਕਾਂ ਨੂੰ ਅਕਲ ਆਵੇ ਕਿ ਏ ਟੀ ਐਮ ਕਿਵੇਂ ਚਲਾਈਦਾ ਅਤੇ ਬੈਂਕ ਸਰਵਿਸ ਕਿਵੇਂ ਦੇਈਦੀ ਹੈ। ਜਿਹੜੇ ਬੈਂਕ ਤੁਹਾਨੂੰ ਅੱਛੀ ਸਰਵਿਸ ਨਹੀਂ ਦਿੰਦੇ ਸਾਰੇ ਖਾਤੇ ਬੰਦ ਕਰੋ ਅਤੇ ਕੋਟਕ ਮਹਿੰਦਰਾ 'ਚ ਐਸ ਜੀ ਐਫ ਸੀ ਲਿਆਓ ਅਤੇ ਉੱਥੇ ਮੈਂ ਤੁਹਾਡੇ ਖਾਤੇ ਖੁਲਵਾ ਵੀ ਦਿਆਂਗਾ ਅਤੇ ਤੁਹਾਨੂੰ ਬੈਸਟ ਸਰਵਿਸ ਸੁਧਾਰਾਂਗਾ ਅਤੇ ਮਿੱਤਰਾਂ ਦਾ ਨਾਂ ਚੱਲਦਾ। ਭਲੇ ਭਲੇ, ਸੁਰਜੀਤ ਸਿੰਘ।